ਅਮਰੀਕਾ ਤੋਂ ਬੇਟੇ ਸਮੇਤ ਭਾਰਤ ਪਿੰਡ ਨਾਨੋ ਮਲੀਆਂ ਪੁੱਜੀ ਰਾਜਵੀਰ ਕੌਰ ਦੀ ਅਚਾਨਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਚੌਂਕੀ ਮੋਠਾਵਾਲ ਦੇ ਇੰਚਾਰਜ ASI ਜੋਗਿੰਦਰਪਾਲ ਨੇ ਦੱਸਿਆ ਕਿ ਰਾਜਵੀਰ ਕੌਰ ਦੀ ਮੌਤ ਦੀ ਜਾਣਕਾਰੀ ਉਸਦੇ ਸਹੁਰੇ ਜਗਦੇਵ ਸਿੰਘ ਨਾਨੋ ਮਲੀਆਂ ਨੇ ਦਿੱਤੀ। ਪੁਲਿਸ ਨੇ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਕਰਕੇ ਲਾਸ਼ ਵਾਰਸਾ ਦੇ ਸਪੁਰਦ ਕਰ ਦਿੱਤੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ। ਹਾਂਜੀ, ਮੈਂ ASI ਦਵਿੰਦਰਪਾਲ ਜੀ, ਇੰਚਾਰਜ ਚੌਂਕੀ ਮੋਠਾਵਾਲ ਲੱਗਾ ਜੀ। ਕੱਲ੍ਹ ਇੱਕ ਜਗਦੇਵ ਸਿੰਘ ਸਾਨੂੰ ਜੀਤ ਸਿੰਘ ਨਾਨੋ ਮਲੀਆਂ ਰਹਿਣ ਵਾਲੇ ਨੇ, ਸਾਨੂੰ ਉਹਨਾਂ ਨੇ ਕੱਲ੍ਹ ਸ਼ਾਮੀ 5:30 ਵਜੇ ਕੋਈ ਇਨਫੋਰਮੇਸ਼ਨ ਦਿੱਤੀ ਸੀਗੀ ਕਿ ਇਹਨਾਂ ਦੀ ਨੂੰਹ ਆ ਰਾਜਦੀਪ ਕੌਰ, ਇਹ ਅਮੈਰੀਕਨ ਸਿਟੀਜ਼ਨ ਨੇ ਅਤੇ ਇਹ ਤਾਂ ਬੇਟਾ ਵੀ ਉੱਥੇ ਅਮੈਰੀਕਾ 'ਚ ਹੀ ਰਹਿ ਰਿਹਾ ਕੱਚੇ ਤੌਰ 'ਤੇ, ਇਹ ਲੇਡੀ ਜਿਹੜੀ ਹੈ ਪੱਕੇ ਤੌਰ 'ਤੇ ਇੱਥੇ ਰਹਿ ਰਹੀ ਆ। ਅਤੇ 12 ਤਰੀਕ ਨੂੰ ਇਹ ਲੇਡੀ ਜਿਹੜੇ ਨੂੰਹ ਇਹਨਾਂ ਦੀ ਆਪਣੇ ਬੇਟੇ ਦੇ 5 ਸਾਲ ਦੇ ਬੇਟਾ ਸੀ ਉਹਦੇ ਨਾਲ ਅਮੈਰੀਕਾ ਤੋਂ ਉੱਥੇ ਇੰਡੀਆ ਆਈ ਸੀਗੀ ਇਹਨਾਂ ਦੇ ਕੋਲ ਰਹਿਣ ਵਾਸਤੇ। ਅਤੇ 19 ਤਰੀਕ ਦੀ ਰਾਤ ਨੂੰ ਜਦੋਂ ਇਹਨਾਂ ਦੇ ਸਟੇਟਮੈਂਟ ਦੇ ਮੁਤਾਬਕ ਕਿ ਜਦੋਂ ਅਸੀਂ ਅਲੱਗ ਕਮਰੇ 'ਚ ਸੌਂ ਗਏ ਹਾਂ, ਇਹਨਾਂ ਦੀ ਨੂੰਹ ਰਾਜਦੀਪ ਕੌਰ ਅਲੱਗ ਕਮਰੇ 'ਚ ਆਪਣੇ ਬੇਟੇ ਸਮੇਤ ਜੀ। ਅਤੇ ਮੋਰਨਿੰਗ ਉੱਠ ਕੇ ਦੇਖਿਆ ਅਤੇ ਉਹਦੀ ਹਿਲਜੁਲ ਨਹੀਂ ਸੀ ਹੋ ਰਹੀ ਬੋਡੀ 'ਚ, ਫਿਰ ਇਹਨਾਂ ਨੇ ਪਰਿਵਾਰਕ ਮੈਂਬਰਾਂ ਨੂੰ ਉਠਾ ਕੇ ਅਤੇ ਇਹਨਾਂ ਨੇ ਉਹਦੀ ਬੋਡੀ ਚੈੱਕ ਕੀਤੀ, ਡੈਥ ਹੋ ਚੁੱਕੀ ਸੀ ਉਹਦੀ। ਡੈੱਡ ਬੋਡੀ ਨੂੰ ਪਹਿਲਾਂ ਇਹਨਾਂ ਨੇ ਆਪਣੇ ਰਿਸ਼ਤਿਆਂ ਨੂੰ ਇਕੱਠੇ ਕਰਨ ਵਾਸਤੇ ਸਿੱਧਾ ਦੋਨਾਂ ਮੋਰਚੀ ਜਮ੍ਹਾਂ ਕਰਾਤਾ ਸੀ, ਅਤੇ ਕੱਲ੍ਹ ਲੈ ਕੇ ਇਹਨਾਂ ਨੇ ਸਿਵਲ ਹੋਸਪਿਟਲ ਜਮ੍ਹਾਂ ਕਰਾ ਕੇ ਫਿਰ ਸਾਨੂੰ ਇਨਫੋਰਮੇਸ਼ਨ ਦਿੱਤੀ ਸੀਗੀ ਸੁਲਤਾਨਪੁਰ ਪੁਲਿਸ ਨੂੰ ਸਾਨੂੰ ਜੀ। ਅਤੇ ਉਹਦੇ ਵਾਸਤੇ ਕੱਲ੍ਹ ਅਸੀਂ 174 ਦੀ ਕਾਰਵਾਈ ਕੀਤੀ ਹੈ ਜੀ। ਅੱਜ ਦਾ ਪੋਸਟਮਾਰਟਮ ਲੇਡੀਜ਼ ਦਾ ਕਰਵਾ ਕੇ ਅਤੇ ਡੈੱਡ ਬੋਡੀ ਦੇ ਹਵਾਲੇ ਕੀਤੀ ਹੈ। ਗਾਂ ਅੱਗੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਆਪਾਂ ਫਿਰ ਸਹੀ ਰਾਤਾਂ ਬਾਰੇ ਦੇਖਾਂਗੇ ਜੀ ਕੀ ਹੈ। ਮੌਕੇ ਤੇ ਪਹੁੰਚੇ ਸੀ ਬੋਡੀ ਦੇ ਕੀ ਹਾਲਾਤ ਸੀ ਜਦੋਂ ਤੁਸੀਂ ਦੇਖੇ? ਬਿਲਕੁਲ ਠੀਕ ਹੈ ਜੀ, ਬੋਡੀ ਦੇ ਜਿਸ ਤਰ੍ਹਾਂ ਹੈਗੀ ਸੀ ਉਦਾਂ ਨੋਰਮਲ ਹੀ ਆ, ਪਰ ਅਸੀਂ ਸਾਡਾ ਫਿਰ ਵੀ ਇਸ ਬਾਰੇ ਪੋਸਟਮਾਰਟਮ ਕਰਵਾ ਕੇ ਔਰ ਪੋਸਟਮਾਰਟਮ ਕਰਾਉਣ ਤੋਂ ਬਾਅਦ ਹੀ ਆਪਾਂ ਸਹੀ ਹਸਬੈਂਡ ਵੀ ਨਾਲ ਹੀ ਰਹਿ ਰਿਹਾ ਸੀ ਅਮਰੀਕਾ ਹਸਬੈਂਡ ਨਾਲ ਰਹਿ ਰਿਹਾ ਸੀ। ਉਮਰ ਸੀ ਲੜਕੀ? ਇਹ ਲੜਕੀ ਦੀ ਉਮਰ 30 ਸਾਲ ਦੀ ਹੈ ਜੀ। ਹੁਣ ਬੋਰਡ ਦਾ ਗਠਨ ਕੀਤਾ ਗਿਆ? ਬੋਰਡ ਦਾ ਗਠਨ ਕਰਾ ਕੇ। ਵਿਆਹ ਕਿੰਨੇ ਡਾਕਟਰਾਂ ਦਾ ਬੋਰਡ ਜਿਹੜਾ? 3 ਡਾਕਟਰਾਂ ਦਾ ਬੋਰਡ ਬੈਠਾ ਜੀ। ਵਿਆਹ ਕਿੰਨੇ ਸਾਲ ਪਹਿਲਾਂ ਹੋਇਆ ਸੀ? 8 ਸਾਲ ਪਹਿਲਾਂ ਵਿਆਹ ਹੋਇਆ ਜੀ ਇਹਨਾਂ ਦਾ ਪਿੱਛੇ। ਹੁਣ ਕਿੰਨੇ ਡਾਕਟਰਾਂ ਦਾ ਬੋਰਡ ਇਹਨਾਂ ਦਾ? 3 ਡਾਕਟਰਾਂ ਦਾ ਬੋਰਡ ਬੈਠਾ। ਅੱਛਾ ਜੀ, ਤੇ ਹੁਣ ਫਿਲਹਾਲ ਕੀ ਕਾਰਵਾਈ ਹੈ? ਫਿਲਹਾਲ ਪੋਸਟਮਾਰਟਮ ਨੂੰ ਕਰਵਾ ਦਿੱਤਾ ਅੱਜ ਜੀ, ਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਆਪਾਂ ਜਿੱਥੇ ਜੋ ਵੀ ਹਾਲਾਤ ਸਰਕਮਸਟਾਂਸਿਸ ਹੋਣਗੇ ਉਸ ਸਾਹਮਣੇ ਕਰ ਰਹੇ ਹਾਂ। ਕੋਈ ਇੰਸ਼ੋਰੈਂਸ ਵੀ ਹੈ ਇਸ ਲੜਕੀ ਦਾ? ਹਾਲੇ ਤੱਕ ਮੇਰੇ ਕੋਲ ਸਵਾ ਮਿਸਲ ਦੇ ਇਸ ਸੰਬੰਧੀ ਸਾਨੂੰ ਸਾਡੇ ਤੱਕ ਗੱਲ ਨਹੀਂ ਪਹੁੰਚੀ ਇੱਦਾਂ ਦੀ, ਜੇ ਆਊਗੀ ਤਾਂ ਉਹ ਵੀ ਹਾਲਾਤ ਅਸੀਂ ਵੈਰੀਫਾਈ ਜ਼ਰੂਰ ਕਰਾਂਗੇ ਸਾਰੀ ਗੱਲ।